ਬਹੁਤ ਮਾੜੇ ਲਾਤੇ ਮਾਸੜ ਜੀ, ਇਕੱਲੇ ਕਮਾਉਣ ਵਾਲੇ ਹੀ ਹੁਣ ਉਹਨਾਂ ਛੋਟੇ ਛੋਟੇ ਬੱਚਿਆਂ ਦਾ ਕੀ ਹੋਊਗਾ, ਉਹਨਾਂ ਨੂੰ ਕਿਸ ਆਸ 'ਤੇ ਛੱਡ ਕੇ, ਸਾਨੂੰ ਵੀ ਨਹੀਂ ਪਤਾ। ਉਹਨਾਂ ਦੀ ਮੌਕੇ 'ਤੇ ਡੈਥ ਹੋ ਗਈ ਆ ਕੱਲ੍ਹ ਮੌਕੇ 'ਤੇ 1:30 ਵਜੇ। ਖੇਤੀਬਾੜੀ ਕਰਦੇ ਸੀ, 1.5 ਕਿੱਲਾ ਪੈਲੀ ਦਾ ਬਸ। ਹਾਂਜੀ, ਬਸ ਆ ਡੰਗਰ ਰੱਖੇ ਘਰੇ, 2-3 ਮੱਝਾਂ ਬਸ। ਅਸੀਂ ਇਨਸਾਫ਼ ਦੀ ਮੰਗ ਕਰਦੇ, ਕਿਉਂਕਿ ਮੇਰੇ ਭਰਾ ਇਕੱਲੇ ਵਿਚਾਰੇ ਛੋਟੇ ਛੋਟੇ, ਇੱਕ ਦੀ ਉਮਰ 20 ਸਾਲ, ਇੱਕ ਦੀ 22 ਸਾਲ, ਉਹ ਕੀ ਕਰਨਗੇ? ਕੋਈ ਰੋਜ਼ਗਾਰ ਦਾ ਸਾਧਨ ਨਹੀਂ। ਘਰ 'ਚ ਕਮਾਉਣ ਵਾਲੇ ਮੇਰੇ ਮਾਸੜ ਸੀ, ਉਹ ਹੀ ਨਹੀਂ ਰਹੇ, ਉਹਨਾਂ ਦਾ ਹੁਣ ਘਰ ਕਿਵੇਂ ਚੱਲੇਗਾ? ਉਹਨਾਂ ਨੂੰ ਨੌਕਰੀ ਦਿੱਤੀ ਜਾਵੇ, ਮੇਰੇ ਇੱਕ ਭਰਾ ਨੂੰ, ਚਾਹੇ ਨੂਰ ਨੂੰ, ਚਾਹੇ ਲਾਲੀ ਨੂੰ, ਤਾਂ ਕਿ ਇਹ ਤਾਂ ਜਦੋਂ ਦਾ ਮੋਰਚਾ ਸਟਾਰਟ ਹੈ ਨਾ, ਉਦੋਂ ਤਾਂ ਹੀ ਜਾਂਦੇ ਆ। ਹਾਂਜੀ, ਜਦੋਂ ਉਦੋਂ ਲੜਾਈ ਵੀ ਹੋਈ ਸੀ, ਗੋਲੇ ਵੱਜੇ ਜਦੋਂ, ਉਦੋਂ ਵੀ ਜਾਂਦੇ ਰਹੇ ਆ, ਉਦੋਂ ਵੀ 4-5 ਦਿਨ ਲਾ ਕੇ ਆਏ ਆ। ਘਰ ਰੋਟੀ ਕਮਾਉਣ ਵਾਲਾ ਕੋਈ ਨਹੀਂ, ਤੇ ਕਹਿੰਦੇ ਚੱਲ ਮੈਂ ਹੋ ਕੇ ਆਉਣਾ। ਉਦਣ ਵੀ ਗਏ ਆ, ਜਾਂਦੇ ਹੀ ਰਹੇ ਆ, ਆ ਰੰਗੜ ਵੀ ਹੁੰਦਾ ਰਿਹਾ, ਮੋਨੰਗਲ ਉਮਰ ਪੂਰੇ ਵੀ ਇੱਥੇ ਤਾਂ ਜਾਂਦੇ ਰਹੇ ਆ। ਜਿਹੜਾ ਬਾਰਡਰ, ਜਿਹੜਾ ਜਿੱਥੇ ਹੁਣ ਗਿਆ ਸ਼ੰਭੂ ਬਾਰਡਰ, ਉੱਥੇ ਤਾਂ ਨੇਤੀ ਤੁਰੇ ਰਹਿੰਦੇ ਰਹੇ ਦੋਵੇਂ ਭਰਾ, ਜਾਂਦੇ ਆ, ਮੈਂਬਰ ਬਣੇ ਆ ਉੱਥੇ ਦਾ। ਹੈਰ ਕੀ ਪਤਾ ਨਹੀਂ ਕੀ ਭਾਣਾ ਵਰਤ ਗਿਆ। ਉਹ ਤਾਂ ਨੂਰ ਨੂੰ ਵੀ ਖੜਦਾ ਸੀ, ਲਾਲੀ ਨੂੰ ਵੀ ਮੈਂ ਲੈ ਜਾਓ, ਡੰਗਰਾਂ ਦਾ ਨਹੀਂ ਸਰਨਾ। ਅਤੇ ਲਾਲੀ ਵੀ ਹੋ ਕੇ ਆਇਆ, ਨੂਰ ਵੀ 2 ਵਾਰੀ ਹੋ ਕੇ ਆਇਆ। 2 ਬੇਟੇ ਮੇਰੇ ਭਾਅ ਜੀ, ਉਹਨਾਂ ਨੂੰ ਨੌਕਰੀ ਦੀ, ਤਾਂ 1.5 ਕਿੱਲਾ ਸਾਰੀ ਭਾਅ ਜੀ, ਅਸੀਂ ਕਿਸ ਤਰ੍ਹਾਂ ਗੁਜ਼ਾਰਾ ਕਰਾਂਗੇ? ਹਾਂ, ਤੁਰ ਗਿਆ ਵਾ ਭਾਅ ਜੀ ਮੇਰਾ, ਕੋਈ ਨਹੀਂ। ਹਾਂ, ਮੇਰੇ ਪੁੱਤ ਵੀ ਨਿੱਕੇ ਨਿੱਕੇ, ਪਰ ਸਰਕਾਰ ਨੂੰ ਕਹੋ ਕਿ ਨੌਕਰੀ ਦੇ, ਛੋਟੇ ਆ, ਕੋਈ ਵਿਆਹਿਆ ਨਹੀਂ ਅਜੇ ਤਾਂ ਨਿਆਣੇ। ਮੇਰੀ ਜਿੱਦਣ ਐਕਸੀਡੈਂਟ ਹੋਇਆ ਨਾ, ਉੱਦਣ 9 ਵਜੇ ਹੋਈ, ਅਤੇ ਮੈਨੂੰ ਵੀਡੀਓ ਕਾਲ ਕੀਤੀ ਜਾਂਦੇ, ਮੈਂ ਸੇਵਾ ਕਰਨ ਡਿਆ ਵਾਂ, ਲੰਗਰ ਵਰਤਾਉਣ ਡਿਆ ਵਾਂ, ਅਤੇ ਮੈਂ ਕਿਹਾ ਚੱਲ ਕੋਈ ਨਹੀਂ, ਕਹਿੰਦਾ ਮੈਂ 12 ਵਜੇ ਤੁਰਨਾ ਵਾਂ, ਅਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਤੁਸੀਂ ਆ ਜਿਓ। ਕਹਿੰਦਾ ਸਰਕਾਰ ਨੂੰ ਭਾਅ ਜੀ ਇਹੋ ਮੰਗ ਆ ਕਿ ਮੇਰੇ ਬੇਟਿਆਂ ਨੂੰ ਨੌਕਰੀ ਮਿਲ ਜੇ, ਉਹ ਕੋਈ ਕਮਾਉਣ ਵਾਲਾ ਨਹੀਂ ਰਹਿ ਗਿਆ ਸਾਡੇ ਘਰ ਭਾਅ ਜੀ, ਸਾਡੇ ਤਾਂ ਘਰ ਹੀ ਮੁੱਦਾ ਹੋ ਗਿਆ। ਮੈਂ ਸੁਰਿੰਦਰ ਸਿੰਘ ਚਿਤਾਲਾ ਜੀ, ਸੂਬਾ ਕੋਰ ਕਮੇਟੀ ਮੈਂਬਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਇਹ ਜੀ ਬਹੁਤ ਵਧੀਆ ਸਾਡੇ ਆਗੂ ਬਲਜੀਤ ਸਿੰਘ ਹੋਣੀ, ਸੁਖਵਿੰਦਰ ਸਿੰਘ ਹੋਣੀ, 143 ਦਿਨ ਮੋਰਚੇ ਨੂੰ ਹੋ ਗਿਆ, ਅਤੇ ਲਗਾਤਾਰ ਮੋਰਚੇ ਦੇ ਵਿੱਚ ਇਹ ਪਿੰਡ ਜਿਹੜਾ ਹਾਜ਼ਰੀ ਭਰ ਰਿਹਾ ਸੀ ਆਹ ਦੁਆਲੀ ਰੰਗਣ ਨੰਗਾ, ਕਿਉਂਕਿ ਹੁਣ ਅਸੀਂ ਜਲੀ ਜਲੀ ਕੀਤਾ। ਇਹ ਆਪਣੀ ਵਾਰੀ ਦੀ ਗੁਰਦਾਸਪੁਰ ਜ਼ਿਲ੍ਹਾ ਉੱਥੇ ਗਿਆ ਸੀ, ਆਪਣੀ ਵਾਰੀ ਦੀ ਟਾਈਮ ਦੇ ਨਾਲ ਉੱਥੇ ਗਏ ਆ। ਉੱਥੋਂ ਫਿਰ ਜਦੋਂ ਇਹਨਾਂ ਦਾ ਟਾਈਮ ਮੁੱਕ ਗਿਆ ਵਾ, ਸਮਾਂ ਮੁੱਕ ਗਿਆ, ਫਿਰ ਵਾਪਸ
ਆ ਰਹੀ ਮੋਟਰਸਾਈਕਲ ਦੇ ਉੱਤੇ। ਇਹਨਾਂ ਨੇ ਗੋਬਿੰਦਗੜ੍ਹ ਦੇ ਲਾਗੇ ਖੰਨੇ ਦੇ ਕੋਲ ਕਿਤੇ ਲੱਗਾ ਵੀ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦਾ, ਉੱਥੇ ਉਹਨਾਂ ਦੀ ਡੈਥ ਹੋ ਗਈ ਹੈ ਜਦੋਂ ਸਾਨੂੰ ਪਤਾ ਲੱਗਾ ਕੱਲ੍ਹ। ਫਿਰ ਮੌਕੇ 'ਤੇ ਆਗੂ ਜਿਹੜੇ ਸ਼ੰਭੂ ਮੋਰਚੇ ਤੋਂ ਉੱਥੇ ਗਏ ਆ, ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਨਾਲ ਸੰਯੁਕਤ ਮੋਰਚਾ ਨੌਨ ਪੋਲੀਟੀਕਲ, ਇਹਨਾਂ ਨੇ ਉੱਥੇ ਸ਼ੋਕ ਮਤਾ ਪਾ ਕੇ ਸ਼ਰਧਾਂਜਲੀ ਵੀ ਦਿੱਤੀ ਆ। ਵੇਖੋ ਇਹ ਅਸੀਂ ਅੰਦੋਲਨ 2 ਦੇ ਵਿੱਚ, ਦਿੱਲੀ ਅੰਦੋਲਨ 2 ਵਿੱਚ 24 ਜਾਨਾਂ ਸਾਡੀਆਂ ਚੱਲ ਗਈਆਂ ਹੁਣ ਤੱਕ, ਅਤੇ ਇਹ ਸਾਰਾ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹਦੇ ਜ਼ੁੰਮੇ ਲੱਗਦਾ ਸਾਰਾ ਕੁਝ। ਜੇ ਕਿਸਾਨ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਫਿਰ ਕਿਸਾਨਾਂ ਨੂੰ ਸ਼ੰਭੂ ਬਾਰਡਰ ਵਾਲੇ ਜਾਣ ਦੀ ਲੋੜ ਨਹੀਂ, ਦਿੱਲੀ ਵਾਲੇ ਜਾਣ ਦੀ ਲੋੜ ਨਹੀਂ। ਇਹਨਾਂ ਮੁਲਕਾਂ ਦੇ ਜ਼ਿੰਮੇਵਾਰ ਜਿਹੜੇ ਆ ਕੇਂਦਰ ਦੀ ਮੋਦੀ ਸਰਕਾਰ ਆ, ਜਿਹੜੇ ਆ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੇ, ਅਤੇ ਸਾਨੂੰ ਬੜਾ ਦੁੱਖ ਹੁੰਦਾ ਉਹਨਾਂ ਪਰਿਵਾਰਾਂ ਦੇ ਨਾਲ, ਆਪਣੀ ਜਥੇਬੰਦੀ ਦੇ ਯੋਧੇ ਨਾਲ, ਜਦੋਂ ਕੋਈ ਅਸੀਂ ਉੱਥੋਂ ਲਾਸ਼ਾਂ ਤੋਰਦੇ ਹਾਂ ਜਾਂ ਆਪਣੇ ਮੋਢਿਆਂ 'ਤੇ ਚੁੱਕ ਕੇ ਲਿਆਉਂਦੇ ਹਾਂ। ਬਹੁਤ ਦੁੱਖ ਹੁੰਦਾ ਸਾਡੀ ਜਥੇਬੰਦੀ ਨੂੰ। ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਇਹ ਸ਼ਹੀਦ ਹੋ ਗਏ ਆ ਪਿੱਛੇ ਵੀ ਅਤੇ ਹੁਣ ਵੀ, ਕਿਉਂਕਿ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਮੁਆਵਜ਼ੇ ਦਿੱਤੇ ਆ, ਪਰ ਜਦੋਂ ਚੋਣ ਜ਼ਾਬਤਾ ਲੱਗ ਗਿਆ ਉਸ ਤੋਂ ਬਾਅਦ ਇਹਨਾਂ ਮੁਆਵਜ਼ਾ ਨਹੀਂ ਦਿੱਤਾ। ਅਸੀਂ ਮੰਗ ਕਰਦੇ ਹਾਂ ਵੀ 5 ਲੱਖ ਰੁਪਈਆ ਜੋ ਦਿੱਲੀ ਪੈਟਰਨ ਹੈ ਉਹਦੇ ਹਿਸਾਬ ਨਾਲ ਪਰਿਵਾਰ ਨੂੰ ਦਿੱਤਾ ਜਾਵੇ ਮੁਆਵਜ਼ਾ। ਸਰਕਾਰੀ ਨੌਕਰੀ ਇੱਕ ਜੀਵ ਨੂੰ ਦਿੱਤੀ ਜਾਵੇ, ਉਹਨਾਂ ਦਾ ਗੈਰ ਸਰਕਾਰੀ ਅਤੇ ਸਰਕਾਰੀ ਕਰਜ਼ਾ ਜਿਹੜਾ ਮਾਫ਼ ਕੀਤਾ ਜਾਵੇ। ਇਸੇ ਤਰ੍ਹਾਂ ਜ਼ਖਮੀ ਕਿਸਾਨ ਹੈ ਜਿਹੜਾ ਸਾਡਾ, ਉਹਦਾ ਸਰਕਾਰੀ ਖਰਚੇ 'ਤੇ ਇਲਾਜ ਕਰਾਇਆ ਜਾਵੇ ਬਲਜੀਤ ਸਿੰਘ ਦਾ, ਅਤੇ ਨਾਲ 1 ਰੁਪਈਆ ਨੂੰ ਜਿਹੜੀ ਰਾਸ਼ੀ 1 ਲੱਖ ਰੁਪਈਆ ਜਿਹੜੀ ਰਾਸ਼ੀ